जी राणा साहब मार्केट दे विच हुण की सूरत हाल है जी, जिमीदार आंदा कोई नहीं, ट्रैक्टर महंगे बहुत ने, ते की सूरत हाल है जी हुण मार्केट दे विच? है ही कोई कस्टमर ही कोई नहीं। वजह की है जी इहदी? हुण वजह कीमत बहुत ज्यादा हो गई। कीमत को घटन दे या चांस है ने कि ये वधन दे? है ने, घटन दे, वधन दे चांस ने। तकरीबन कदों क वध सकदी है? किसे वेले वध सकदी? ट्रैक्टरां दे रेट अजकल की चलदे पए ने जी? ਜਿਹੜਾ ਕੰਪਨੀ ਰੇਟ ਦਾ ਉਸ ਤੋਂ 15-20 ਹਜ਼ਾਰ ਥੱਲੇ ਵਿਕਦਾ ਵੇ। ਸ਼ਰਨ ਸਾਹਿਬ ਪਿਛਲੇ ਦਿਨਾਂ 'ਚ ਨਾ ਇੱਕ ਸੋਸ਼ਲ ਮੀਡੀਆ 'ਤੇ ਇੱਕ ਨਵੀਂ ਪ੍ਰਾਈਸ ਲਿਸਟ ਉਹ ਆਇਆ ਵੇ ਕਿਸੇ ਨੇ ਫੇਰ ਉਹ ਗਰਦਿਸ਼ ਕਰਦੇ ਸੀ ਕਿੰਨੇ ਕੋਈ ਪਤਾ ਲੱਗਾ ਉਹਦਾ ਕਿ ਨਹੀਂ? ਪਤਾ ਕਰਕੇ ਕੀ ਕਰਨਾ, ਜਿਹੜਾ ਮਰਜ਼ੀ ਇੰਟਰਨੈਟ ਦੇ ਉੱਤੇ ਜਿਹੜਾ ਮਰਜ਼ੀ ਕੋਈ ਨਿਊਜ਼ ਦੇ ਦੇ। ਆ ਹੁਣ ਨੀਮ ਹਕੀਮ ਨਹੀਂ ਬਣੇ ਹੋਏ, ਰੋਜ਼ ਉਹ ਕਹਿ ਦਿੰਦੇ ਚੰਗੇ ਭਲੇ ਲੋਕੀ ਇਲਾਜ ਕਰਾਉਂਦੇ ਤੇ ਉਹ ਹੋਰ ਪਾਸੇ ਤੁਰ ਪੈਂਦੇ ਨੇ। ਹਾਂਜੀ ਹਾਂਜੀ, ਦਵਾਈਆਂ ਛੱਡ ਕੇ ਤੇ ਹੋਰ ਕੰਮ ਕੁਛ ਤੇ ਖਾਣ ਲੱਗ ਪਏ ਤੇ ਉਹ ਨਵੀਂ ਲਿਸਟ ਜਦੋਂ ਆਈ ਹੈ ਤੇ ਫਿਰ ਲੋਕਾਂ ਨੇ ਦੌੜੇ ਨੇ ਪਤਾ ਨਹੀਂ ਟਰੈਕਟਰ ਮਹਿੰਗਾ ਹੋ ਚੱਲਾ। ਨਹੀਂ ਨਹੀਂ ਕੋਈ ਨਹੀਂ, ਉਹ ਲੋਕਾਂ ਨੇ ਬਸ ਪੁੱਛਿਆ ਪੁੱਛਿਆ ਕਿ ਕੀਮਤ ਕੋਈ ਵੱਧ ਗਈ ਹੈ ਸਹੀ, ਤੇ ਉਹ ਅਸੀਂ ਦੱਸ ਦਿੱਤਾ ਕਿ ਨਹੀਂ। ਤੇ ਉਸ ਤੋਂ ਬਾਅਦ ਫਿਰ ਕੰਪਨੀ ਨੇ ਵੀ ਐਕਸ਼ਨ ਲਿਆ ਕਿ ਨੋਟੀਫਿਕੇਸ਼ਨ ਜਾਰੀ ਕੀਤਾ ਕਿ ਜਿਹੜੀ ਫੇਕ ਚੱਲ ਲੋਕਾਂ ਨੂੰ ਨਾ ਉਹ ਇਹ ਦੱਸਿਆ ਨਾ ਕਿ ਤੁਸੀਂ ਐਵੇਂ ਫੇਕ ਗੱਲਾਂ ਜਿਹੜੀਆਂ ਉਹਦਾ ਉੱਤੇ ਨਾ ਭਰੋਸਾ ਕਰਿਆ ਕਰੋ। ਸਹੀ, ਅਗਰ ਕੋਈ ਮਸਲਾ ਹੋਵੇ ਤਾਂ ਕੰਪਨੀ ਦੇ ਹਰ ਜ਼ਿਲ੍ਹੇ ਦੇ ਵਿੱਚ ਡੀਲਰ ਬੈਠੇ ਨੇ। ਹਾਂਜੀ, ਤੇ ਉਹਨਾਂ ਕੋਲ ਪੁੱਛ ਲਿਆ ਕਰੋ। ਤੇ ਰਣਾ ਸਾਹਿਬ 240 ਟਰੈਕਟਰ ਕਿੰਨੇ ਦਾ ਜੀ? 19 ਲੱਖ ਦੇ ਕਰੀਬ ਜਾ ਰਿਹਾ। 19 ਲੱਖ ਦੇ ਕਰੀਬ 240 ਹੈ, 260 260 ਜਿਹੜਾ ਉਹ ਤਕਰੀਬਨ ਕੋਈ 28,000 ਦਾ ਸਹੀ, 22,28,000 360 ਦੀ ਸੇਲ ਕੋਈ ਨਹੀਂ ਹੁਣ ਵੈਸੇ, ਤੇ 75 ਦੀ ਸੇਲ ਵੀ ਕੋਈ ਨਹੀਂ? ਹਾਂਜੀ ਕੋਈ। ਤੇ ਇਹ ਬਣਦਾ ਕੋਈ ਨਹੀਂ ਜਾਂ ਕੀ ਵਜ੍ਹਾ? ਨਹੀਂ ਬਣਦਾ, ਇਹਨੇ ਲੈਂਦਾ ਹੀ ਕੋਈ ਨਹੀਂ। ਤੇ 85 ਕਿੰਨੇ ਦਾ ਜੀ? 85 ਐਸੇ ਲਿਆ ਤਕਰੀਬਨ ਕੋਈ 80,000 ਦਾ, 29,80 ਦਾ, 29,92 ਕੰਪਨੀ ਦਾ ਰੇਟ ਹੈ ਜੀ। ਹਾਂਜੀ, ਤੇ 10-12,000 ਘੱਟ ਗਿਆ, 8,000 ਰੁਪਇਆ ਇੰਸ਼ੋਰੈਂਸ ਵੀ ਸਹੀ, 20,000 ਥੱਲੇ। ਤੇ ਯਾਨੀ ਮੌਕੇ ਤੇ ਲੈਣਾ ਹੁਣ ਠੀਕ ਹੈ ਟਰੈਕਟਰ? ਹਾਂਜੀ, ਸ਼ੋਰੂਮ ਤੇ? ਤੇ 23 ਬੁਕਿੰਗ ਐਸੇ ਕਰਕੇ ਘਟ ਗਈ ਸਹੀ, 23 ਮਾਡਲ ਟਰੈਕਟਰ ਜਿਹੜੇ ਨੇ ਤਾਜ਼ਾ ਖਲੋਤੇ ਨੇ, ਸਹੀ ਹੋ ਗਿਆ। ਤੇ ਬਾਕੀ ਜਿਹੜਾ ਉਸ ਤੋਂ ਇਲਾਵਾ 4x4 ਟਰੈਕਟਰ ਹੈ ਜੀ? ਹਾਂਜੀ, ਉਹ ਵੀ ਬਰਾਬਰ ਦੇ ਵਿਕਦਾ, ਬਿਲਕੁਲ ਪੀਕ ਸੀਜ਼ਨ ਹੈ ਜਿਹੜਾ ਹੁਣ ਆਹ ਦਿਨ ਗੁਜ਼ਰ ਰਿਹਾ ਹੈ। ਹਾਂਜੀ, ਅੱਜ ਕੱਲ੍ਹ 1.5-2 ਲੱਖ ਰੁਪਇਆ ਆਉਣ ਹੁੰਦਾ ਸੀ, ਲੇਕਿਨ ਹੁਣ ਇਹ ਹਾਲਾਤ ਬਣੇ ਨੇ ਕਿ ਪੀਕ ਦੀ ਬਜਾਏ ਉਹ। ਹਾਂਜੀ, ਇਹਨਾਂ ਦਿਨਾਂ 'ਚ ਵੈਸੇ ਸੇਲ ਬਹੁਤ ਹੁੰਦੀ ਸੀਗੀ, ਲੇਕਿਨ ਐਰਕੀ ਸੇਲ ਬਹੁਤ ਘੱਟ ਗਈ। ਹਾਂਜੀ, ਹਾਰਵੈਸਟਿੰਗ ਸੀਜ਼ਨ ਜਿਹੜਾ ਸਟਾਰਟ ਹੋਣ ਵਾਲਾ। ਹਾਂਜੀ, ਲੇਕਿਨ ਬਿਲਕੁਲ ਕੋਈ ਸੀਜ਼ਨ ਤੇ ਜੀ ਚਾਪਰਾ ਹੁਣ ਚੱਲਣ ਰਹੀਆਂ ਨੇ ਸਿੰਧ ਵਾਲੀ, ਸਟਾਰਟ ਹੋ ਗਿਆ ਨਾ ਜੀ, ਅੱਜ ਕੱਲ੍ਹ ਸੀਜ਼ਨ ਹੁੰਦਾ। ਇਸ ਤਰ੍ਹਾਂ ਹੀ ਚੱਲੇਗਾ ਜਾਂ ਕੋਈ ਅੱਛਾ ਹੋਏਗਾ? ਇਸ ਦਫ਼ਾ ਡਾਊਨ ਹੀ ਰਹਿਣਾ। ਹਾਂਜੀ, ਤੁਸੀਂ ਸ਼ੋਰੂਮਾਂ ਜਾ ਕੇ ਦੇਖੋਗੇ, ਹਰ ਸ਼ੋਰੂਮ ਦੇ ਉੱਤੇ ਸੜਕੋਂ ਟਰੈਕਟਰ ਖੜੇ ਕਰਨ ਦੀ ਜਗ੍ਹਾ ਨਹੀਂ ਹੈਗੀ, ਅਸੀਂ ਕਿਸੇ ਹੋਰ ਜਗ੍ਹਾ 'ਤੇ ਟਰੈਕਟਰ ਖੜੇ ਕੀਤੇ ਸਹੀ, ਤੇ ਹਰ ਟਰੈਕਟਰ ਸ਼ੋਰੂਮ ਦੇ ਉੱਤੇ ਬੇਬਹਾ ਟਰੈਕਟਰ ਖੜਾ। ਠੀਕ ਹੈ, ਕਸਟਮਰ ਹੀ ਕੋਈ ਨਹੀਂ ਹੈਗਾ। ਤੇ ਰਾਣਾ ਸਾਹਿਬ ਜਿਹੜਾ ਕੰਪਨੀ ਨੇ 2400 ਟਰੈਕਟਰ ਦਾ ਨਾਮ ਕੱਢਿਆ ਸੀ, ਉਹ ਲੈ ਲਿਓ, ਉਹਦਾ ਫਿਲਹਾਲ ਉਹਦਾ ਕੋਈ ਨਵਾਂ ਮਾਡਲ ਨਹੀਂ ਆ ਰਿਹਾ? ਨਵੇਂ ਪੁਰਾਣੇ ਵਿਕਦੇ ਨਹੀਂ ਪਏ, ਤੁਸੀਂ ਨਵਾਂ ਲਈ ਆਓ। ਜਿਸ ਤਰ੍ਹਾਂ ਦੇ ਹਾਲਾਤ ਹੋ ਗਏ ਨੇ, ਮੇਰਾ ਖਿਆਲ ਕੰਪਨੀ ਇਹੀ 85 ਤੇ 240 ਬਣਾਏਗੀ ਬਸ, ਜਾਂ 60? ਨਹੀਂ, ਸਿਰਫ 60 ਵੀ, ਉਹ ਵੀ ਉਹ ਡੈਲਫੀ ਦੇ ਪੰਪ ਵਾਲਾ, ਉਹ ਦੂਸਰਾ ਜਿਹੜਾ ਚਾਬੀ ਵਾਲਾ ਉਹ ਲੈਂਦਾ ਹੀ ਕੋਈ। ਤੇ ਇੱਥੇ ਹੋਰ ਇੱਕ ਨਵੀਂ ਕੰਪਨੀ ਯੂਨੀਵਰਸਲ ਦੇ ਨਾਮ ਤੋਂ ਟਰੈਕਟਰ ਆਏ ਨੇ ਮਾਰਕੀਟ ਦੇ ਵਿੱਚ, ਜਿਹੜੇ ਮਰਜ਼ੀ ਆ ਜਾਣ, ਨਾਂ ਦੋਵੇਂ ਚੱਲਣੇ, ਜਾਂ ਫੀਅਟ ਦਾ ਜਾਂ ਮੈਸੀ ਦਾ। ਤੇ ਹੁਣ ਸੁਣਿਆ ਕਿ ATS ਵੀ ਲਾਂਚ ਕਰਨ ਲੱਗੀ ਆਪਣੇ ਟਰੈਕਟਰ? ਨਹੀਂ, ਉਹ ਜੋ ਮਰਜ਼ੀ ਕਰ ਲੈ। ਤੇ ਹੁਣ ਬੁੱਲ ਪਾਵਰ ਵੀ ਆ ਗਈ? ਬੁੱਲ ਪਾਵਰ ਉਹ IMD ਵਾਲੇ, ਹਾਂਜੀ, ਤੇ ਉਹਨਾਂ ਨੂੰ ਕਹਿੰਦੇ ਨੇ ਆਈ ਮੌਤ ਤੇਰੀ, ਉਹ ਮਤਲਬ ਜੋ ਮਰਜ਼ੀ ਹੈ ਕੀਮਤਾਂ, ਭਾਵੇਂ ਕੋਈ 2 ਲੱਖ ਰੱਖ ਰਿਹਾ ਘੱਟ, 3 ਲੱਖ ਰੱਖ, ਲੇਕਿਨ ਹਾਂਜੀ ਅਸਲ ਚੀਜ਼ ਜਿਹੜੀ ਹੈ ਨਾ ਮਾਰਕੀਟ ਦੀ, ਉਹ ਹੀ ਹੈ ਦੋਨੋਂ। ਹੁਣ ਮਿਆਰ ਕਿਸ ਤਰ੍ਹਾਂ ਤੁਸੀਂ ਬੁੱਲ ਪਾਵਰ ਟਰੈਕਟਰ ਦੇਖਿਆ ਹੋਣਾ? ਮਿਆਰ ਜਿੰਨਾ ਮਰਜ਼ੀ ਅੱਛਾ ਹੋ ਜਾਏ, ਹਾਂਜੀ, ਇਹ ਨਾ ਵਿਕਦਾ, 4 ਲੱਖ ਕੀਮਤ ਉਹਦੀ ਵੀ ਘੱਟ ਹੈ ਮੇਰਾ ਖਿਆਲ। ਮੈਸੀ ਦਾ ਨਾ ਵਿਕਦਾ, ਜ਼ਿਮੀਦਾਰ ਲਈ ਜਾਂਦੇ ਨੇ, ਲੈਣਾ ਹੀ ਹੈ, ਕੋਈ ਵੀ ਜਾਂਦੇ ਨੇ, ਲਈ ਵੀ ਜਾਂਦੇ, ਲੈਣਾ ਹੀ ਹੈ। ਠੀਕ ਹੈ, ਰਣਾ ਸਾਹਿਬ, ਕੰਪਨੀ ਦੀਆਂ ਪੁਲਿਸੀਆਂ ਬਹੁਤ ਅੱਛੀਆਂ ਨੇ, ਕੋਈ ਕਲੇਮ ਸ਼ਲੇਮ ਆ ਜਾਂਦਾ ਉਹਦੇ ਵਿੱਚ ਕੰਪਨੀ ਜਿਹੜੀ ਉਹ ਬੜੇ ਅੱਛੇ ਤਰੀਕੇ ਨਾਲ ਮਦਦ। ਹਾਂਜੀ, ਮੇਨ ਗੱਲ ਹੈ ਜੀ ਆਫਟਰ ਸੇਲ, ਇੱਕ ਤੇ ਆਫਟਰ ਸੇਲ ਪਾਰਟ ਬਹੁਤ ਹੈ, ਡੀਲਰਸ਼ਿਪ ਦਾ ਜਿਹੜਾ ਡੀਲਰਾਂ ਦਾ ਨੈਟਵਰਕ ਹੈ ਉਹ ਬੜਾ ਜ਼ਬਰਦਸਤ। ਹਾਂਜੀ, ਫਿਰ ਰੀਸੇਲ ਵੈਲਿਊ, ਔਰ ਹਰ ਡੋਰ ਸਟੈਪ ਦੇ ਉੱਤੇ ਸਾਰੀਆਂ ਸਹੂਲਤਾਂ, ਕਲੇਮ ਵਗੈਰਾ ਹਰ ਚੀਜ਼ ਮਿਲਦੀ, ਜਗ੍ਹਾ ਜਗ੍ਹਾ ਮਕੈਨਿਕ ਜੀ। ਇਹ ਸਾਡੇ ਕੋਲ ਕਸਟਮਰ ਆਏ ਜੀ ਟਰੈਕਟਰ ਲੈਣ ਵਾਸਤੇ, ਖਾਸ ਸਾਹਿਬ ਸਰਗੋਧੇ ਤੋਂ, ਤੇ ਇਹਨਾਂ ਨੂੰ ਪੁੱਛ ਲਓ ਵੀ ਕੀ ਹਾਲਾਤ ਆਏ, ਤੇ ਇਹ ਤਾਂ ਉਦੋਂ ਦੇ ਰੋਈ ਆਉਂਦਾ ਜਦੋਂ ਰੇਟ ਦੱਸਿਆ ਸੀ, ਕਹਿੰਦਾ ਅਸੀਂ 20,000 ਘਾਟੇ 'ਤੇ ਵੇਚਦੇ ਪਏ, ਇਹ ਕਹਿੰਦੇ ਜੀ ਤੁਸੀਂ ਘਾਟੇ 'ਤੇ ਵੇਚਦੇ, ਪੈਸੇ ਅਸੀਂ ਕਿੱਥੋਂ ਲਿਆਈਏ ਜੀ? ਜੀ, ਚਲੋ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ, ਪੁੱਛੋ ਖਾਸ ਸਾਹਿਬ, ਪਛਤੋ ਸਾਨੂੰ ਨਹੀਂ ਆਉਂਦੀ ਪੰਜਾਬੀ, ਨਹੀਂ ਪੰਜਾਬੀ ਬੋਲਣੇ ਕੋ ਨਜ਼ਰ ਕੋਲ ਜਿਹੜੇ ਨਾ ਉਹ ਪੰਜਾਬੀ ਬੋਲ। ਰਣਾ ਸਾਹਿਬ ਆਪਣਾ ਫੋਨ ਨੰਬਰ ਸ਼ੇਅਰ ਕਰ ਦਿਓ ਅਗਰ ਕਿਸੇ ਨੇ ਮਜ਼ੀਦ ਮਾਲੂਮਾਤ ਜਾਂ ਕੋਈ ਰੇਟ ਵਗੈਰਾ ਪੁੱਛਣਾ ਹੈ। 0300 ਹਾਂਜੀ 4772054। ਠੀਕ ਹੋ ਗਿਆ ਰਾਣਾ ਸਾਹਿਬ, ਬਹੁਤ ਸ਼ੁਕਰੀਆ ਜੀ ਮਾਲੂਮਾਤ ਦੇਣ ਦਾ। ਜੀ ਖਾਨ ਸਾਹਿਬ, ਸਲਾਮ ਅਲੈਕੁਮ ਜੀ। ਵਾਲੇਕੁਮ ਸਲਾਮ। ਖਾਨ ਸਾਹਿਬ ਪੰਜਾਬੀ ਆਤੀ ਹੈ ਜਾਂ ਉਰਦੂ ਮੇਂ ਬਾਤ ਕਰੇਗਾ ਜਾਂ ਪਸ਼ਤੋ ਮੇਂ? ਪੰਜਾਬੀ। ਪੰਜਾਬੀ ਖਾਨ ਸਾਹਿਬ, ਦੱਸੋ ਤੁਸੀਂ ਟਰੈਕਟਰ ਲੈਣ ਆਏ ਹੋ ਤੇ ਕਿਸ ਤਰ੍ਹਾਂ ਟਰੈਕਟਰ ਮਿਲਿਆ ਜੀ? ਸਾਰੇ ਗੱਲ ਇਹ ਨਾ ਟਰੈਕਟਰ ਦਾ ਘਰ ਵੇਚ ਛੱਡਿਆ, ਟਰੈਕਟਰ ਸਾਡੇ ਕੋਲ ਲੈਣ ਨਹੀਂ ਆਉਂਦਾ। ਸਹੀ, ਉਹ ਟਰੈਕਟਰ ਬਹੁਤ ਮਜ਼ੇ ਨੇ, ਗੁੰਜਾਇਸ਼ ਹੁੰਦਾ ਕੋਈ ਨਹੀਂ, ਤੇ ਆਪਣੇ ਟਰੈਕਟਰ ਵਾਪਸ ਲੱਭਦੇ ਕੋਈ ਨਹੀਂ, ਹਾਲਾਤ ਬਹੁਤ ਖਰਾਬ। ਹਾਲਾਤ ਖਰਾਬ ਕਰਨ ਦਾ ਜ਼ਿੰਮੇਦਾਰ ਕੌਣ ਹੈ? ਹੁਕਮਰਾਨ ਜ਼ਿੰਮੇਦਾਰ ਹੁੰਦੇ ਨੇ, ਜਿਹੜੇ ਬੈਠੇ ਨੇ ਉਹਨਾਂ ਦਾ ਹੱਕ ਬਣਦਾ। ਹਾਂਜੀ, ਹਰ ਚੀਜ਼ ਨੂੰ ਸੋਚ ਕੇ ਉਹਦੀ
ਕੰਟਰੋਲ ਸੀ ਬਾਹਰ ਹੋਏ ਆ ਬਹੁਤ ਗਲਤ ਹੋਇਆ ਕੋਈ ਮਸ਼ਵਰਾ ਵੀ ਦਿਓ ਨਾ ਵੀ ਐਸਾ ਕੋਈ ਹੱਲ ਨਹੀਂ ਕਿਸਾ ਕੋਈ ਹੱਲ ਨਹੀਂ ਕੋਈ ਹੱਲ ਨਹੀਂ ਕੋਈ ਮਸ਼ਵਰਾ ਦਿਓ ਨਾ ਵੀ ਇਸ ਤਰ੍ਹਾਂ ਕਰੋ ਕੰਮ ਨੀਅਤ ਨਾ ਕਰੋ ਜਾਂ ਕੋਈ ਇਮਾਨਦਾਰੀ ਨਾਲ ਕਰੋ ਇਹਦਾ ਕੀ ਚੀਜ਼ ਸਾਨੂੰ ਆਟਾ ਨਹੀਂ ਲੱਭਦਾ ਹਾਂਜੀ ਕਣਕ ਨਹੀਂ ਲੱਭਦਾ ਸਹੀ ਗਿਓ ਨਹੀਂ ਲੱਭਦਾ ਹਾਂਜੀ ਗੁਜ਼ਾਰਾ ਹੈ ਬਸ ਅੱਲਾਹ ਤਾਲਾ ਹੈ ਸਹੀ ਕੋਈ ਹੱਲ ਨਹੀਂ ਕਿਸੇ ਚੀਜ਼ ਦਾ ਕਰੋ ਖੁਦਾ ਦੀ ਕਸਮ ਹੈ ਟਰੈਕਟਰ ਲੈਣ ਨਹੀਂ ਆਉਂਦਾ ਹਾਂਜੀ ਮੰਗਾਈ ਟਰੈਕਟਰ ਵੇਚ ਕੇ ਫਸ ਗਏ ਹੋ ਤੁਸੀਂ ਫਸ ਗਏ ਠੀਕ ਹੋ ਗਿਆ ਖਾਨ ਸਾਹਿਬ ਆਪਣੇ ਨਾਲ ਦੂਸਰੇ ਕੀ ਨਾਮ ਜੀ ਇਹਨਾਂ ਦਾ ਮੇਰਾ ਨਾਮ ਨਗਰਪੁਰ ਅੱਛਾ ਜੀ ਤੇ ਤੁਸੀਂ ਕੋਈ ਗੱਲ ਕਰਨਾ ਚਾਹੋ ਕੋਈ ਸਾਡੀ ਵੀ ਸਰ ਜੀ ਇਹੀ ਗੱਲ ਹੈ ਬਿਲਕੁਲ ਇਹੀ ਹਾਲ ਹੈ ਜਿਹੜੀ ਇਹਨਾਂ ਨੇ ਕੀਤੀ ਉਹੀ ਗੱਲ ਹੈ ਨਹੀਂ ਨਹੀਂ ਇਹੀ ਗੱਲ ਹੈ ਕਿ ਕੋਈ ਅੱਲਾਹ ਖਰਾ ਕੋਈ 19ਵੀਂ ਦਾ ਫਰਕ ਨਹੀਂ ਵਿੱਚ ਨਹੀਂ ਨਹੀਂ ਸਰ ਜੀ ਇਹੀ ਗੱਲ ਹੈ ਅੱਛਾ ਜੀ ਠੀਕ ਹੋ ਗਿਆ ਜੀ ਮਿਹਰਬਾਨੀ ਸ਼ੁਕਰੀਆ ਜੀ ਜੀ ਨਾਲ ਇੱਧਰ ਸਾਡੇ ਜੀ ਆਪਣਾ ਭਾਈ ਨੇ ਅਸਲਾਮ ਅਲੈਕਮ ਜੀ ਵਾਲੇਕਮ ਅੱਛਾ ਭਾਈ ਜੀ ਆਪਣਾ ਨਾਮ ਸ਼ਬੀਰ ਹੁਸੈਨ ਤੇ ਕਿਹੜਾ ਇਲਾਕਾ ਜੀ ਆਪਣਾ ਪਿੰਡੀ ਬੱਟੀਆਂ ਆਫਸਾਬਾਦ ਲੋ ਜੀ ਆਫਸਾਬਾਦ ਤੋਂ ਆਏ ਹੋ ਕਾਫੀ ਬੰਦੇ ਆਉਂਦੇ ਨੇ ਜੀ ਆਫਸਾਬਾਦ ਤੋਂ ਅਸਲ ਮਾਰਕੀਟ ਦੇ ਵਿੱਚ ਰਾਸ਼ੀ ਆਫਸਾਬਾਦ ਵਾਲੇ ਪਾਉਂਦੇ ਨੇ ਯਾਨੀ ਕਿ ਇਹਨੇ ਟਰੈਕਟਰ ਲੈ ਕੇ ਜਾਂਦੇ ਨੇ ਆਫਸਾਬਾਦ ਦੇ ਵਿੱਚ ਤੇ ਆਪਣਾ ਕੀ ਕਹਿਣਾ ਚਾਹੋਗੇ ਟਰੈਕਟਰ ਮਹਿੰਗੇ ਨੇ ਮੁਸ਼ਕਲਾਂ ਨੇ ਜ਼ਿਮੀਦਾਰਾਂ ਵਾਸਤੇ ਸਰ ਜੀ ਪਿਛਲੇ ਸਾਲ ਅਸੀਂ 17 ਲੱਖ ਤੇ ਕੁਝ ਪੈਸਿਆਂ ਦਾ ਲੈ ਕੇ ਗਏ ਸੀ ਸਹੀ 85 85 385 ਇਸ ਟਾਈਮ ਸਰ ਅਸੀਂ ਆਇਆ 30 ਲੱਖ ਰੁਪਏ ਦਾ ਟਰੈਕਟਰ ਸਨ ਮਿਲੇ ਸਹੀ ਉਸ ਤੋਂ ਹਟ ਕੇ ਸਰ ਜੀ ਕੋਈ ਕੰਟਰੋਲ ਨਹੀਂ ਜਿਹੜੀ ਵੀ ਗਵਰਨਮੈਂਟ ਆਉਂਦੀ ਹੈ ਅਪ ਟੂ ਅਪ ਸਹੀ ਖਾਸ ਕਰਕੇ ਜ਼ਿਮੀਦਾਰ ਨੂੰ ਮਾਰਨ ਦੀ ਕੋਸ਼ਿਸ਼ ਹੈ ਸਹੀ 1 ਸਾਲ ਦੇ ਵਿੱਚ ਕੋਈ ਵੀ ਚੀਜ਼ ਲੈਣ ਜਾਓ ਕੋਈ ਵੀ ਚੀਜ਼ ਲੈਣ ਜਾਓ ਅੱਜ ਹੋਰ ਕੱਲ ਹੋਰ ਕੱਲ ਹੋਰ ਇਹ ਕੰਡੀਸ਼ਨ ਹੈ ਜੀ ਹਰ ਚੀਜ਼ ਜਿਹੜੀ ਜ਼ਿਮੀਦਾਰ ਨੂੰ ਮਿਲਣੀ ਹੈ ਉਹਦਾ ਰੇਟ ਡਾਲਰ ਦੇ ਹਿਸਾਬ ਨਾਲ ਹੋਣਾ ਹੈ ਤੁਹਾਡੀ ਫਸਲ ਜਿਹੜੀ ਹੈ ਉਹਦਾ ਜਿਹੜਾ ਰੇਟ ਹੈ ਨਾ ਉਹ ਉਹਨਾਂ ਦੀ ਆਪਣੀ ਸਰ ਸਾਡਾ ਦੁੱਧ ਇਸ ਟਾਈਮ 100 ਰੁਪਏ ਲੈ ਰਹੇ ਨੇ ਹਾਂਜੀ ਜਿਹੜਾ ਅਸੀਂ ਸੀਰੀਆਂ ਨੂੰ ਔਰ ਮੁਲਾਜ਼ਮਾਂ ਨੂੰ ਤਨਖਾਹਾਂ ਦੇ ਕੇ ਕਮੋ ਪੇ ਸਨ 250 ਰੁਪਏ ਵਿੱਚ ਪਾਉਂਦੇ ਹਾਂਜੀ ਤੇ 100 ਰੁਪਏ ਸਾਡਾ ਜ਼ਿਮੀਦਾਰ ਦਾ ਦੁੱਧ ਲੈ ਰਿਹਾ ਹਾਂਜੀ ਇਹ ਗਵਰਨਮੈਂਟ ਸਾਡੀ ਜ਼ਿਮੀਦਾਰ ਨੂੰ ਮਾਰਨ ਵਾਲੀ ਕੁਝ ਇਹ ਕੰਡੀਸ਼ਨ ਹੈ ਸਰ ਤੇ ਬਾਕੀ ਜਿਹੜੇ ਔਰ ਪਾਣੀ ਦੇ ਹਿਸਾਬ ਨਾਲ ਦੁੱਧ ਪੀ ਰਹੇ ਨੇ ਜਿਹੜੇ ਸ਼ਹਿਰੀ ਲੋਕ ਜਾਂ ਦੂਜੇ ਲੋਕ ਪਾਣੀ ਦੇ ਰੇਟ ਦਾ ਦੁੱਧ ਨੈਸਲੇ ਦੀ ਬੋਤਲ ਸਰ ਮਿਲ ਰਹੀ ਹੈ 100 ਰੁਪਏ ਦੀ ਹਾਂਜੀ ਸਾਡਾ ਦੁੱਧ ਮਿਲ ਰਿਹਾ 95 ਰੁਪਏ ਬਿਲਕੁਲ ਇਸ ਹੈ ਜ਼ਿਮੀਦਾਰ ਦਾ ਹਾਲਾਤ ਹੈ ਸਰ ਹਾਂਜੀ ਤੇ ਬਾਕੀ ਜਿਹੜਾ ਅਰਕੀ ਰੁਲੇ ਉਹ ਖਾਦਮ ਮਗਰ ਤੇ ਕਣਕ ਦੇ ਵਾਸਤੇ ਜਿਹੜਾ ਗਵਰਨਮੈਂਟ ਨੇ ਕਿਹਾ ਵੀ ਤੁਸੀਂ 5 ਮਾਣ ਤੋਂ ਵੱਧ ਨਹੀਂ ਰੱਖਣੇ ਰੇਟ ਉਹਨਾਂ ਦੀ ਮਰਜ਼ੀ ਜੋ ਕਹਿ ਰਹੇ ਨੇ ਕਿ 5 ਮਾਣ ਤੋਂ ਉਹ ਜ਼ਿਆਦਾ ਗਵਰਨਮੈਂਟ ਜਿਹੜਾ ਜ਼ਿਮੀਦਾਰ ਸਟਾਕ ਨਾ ਕਰੇ ਹਾਂਜੀ ਤੇ ਅਸੀਂ ਅੰਦਰੂ ਵੀ ਕਢਾਵਾਂਦੇ ਇਹ ਹੋਵੇ ਦਾ ਉਹ ਹੋਵੇ ਦਾ ਸਾਡਾ ਹਾਲਾਤ ਵੇਖੋ 4-4 ਹਜ਼ਾਰ ਤੋਂ ਅਸੀਂ ਸੋਨਾ ਯੂਰੀਆ ਜਿਹੜੇ 700 ਰੁਪਏ ਦੀ 4-4 ਹਜ਼ਾਰ ਤੋਂ ਲੈ ਕੇ ਬਲੈਕ ਵਿੱਚ ਸਪਾਈ ਸਹੀ 4-4 ਹਜ਼ਾਰ ਰੁਪਏ ਸੀਰੀਆਂ ਨੂੰ ਅੱਜ ਸੀਰੀ ਜਿਹੜੇ ਗਰੀਬ ਨੇ ਉਹਨਾਂ ਦਾ ਅਸੀਂ ਤਨਖਾਹ ਦੇ ਰਹੇ ਹਾਂ ਕੰਮ ਅੱਗੇ ਉਹਨਾਂ ਦਾ ਹੁਣ ਸਰਦਾ ਨਹੀਂ ਉਹਨਾਂ ਦੀ 25-25 ਹਜ਼ਾਰ ਤਨਖਾਹ ਕਰਕੇ ਪਿੱਛੋ ਸਾਨੂੰ ਬਚਦਾ ਹੀ ਕੁਝ ਨਹੀਂ ਬਿਲਕੁਲ ਇਹ ਹਾਲਾਤ ਨੇ ਸਰ ਦਵਾਈਆਂ ਆਪ ਦਵਾਈਆਂ ਨੇ ਡਾਲਰ ਨਾਲ ਖਾਦਾਂ ਨੇ ਡਾਲਰ ਨਾਲ ਤੇ ਜ਼ਿਮੀਦਾਰ ਦੀ ਕੀ ਜ਼ਿਮੀਦਾਰ ਦੀ ਖੈਰ ਹੈ ਕੋਈ ਗੱਲ ਨਹੀਂ ਜ਼ਿਮੀਦਾਰ ਜ਼ਿਮੀਦਾਰ ਦੀ ਫਸਲ ਜਿਹੜੀ ਉਹ ਵੀ ਉਹਨਾਂ ਦੀ ਮਰਜ਼ੀ ਨਾਲ ਉਹਨਾਂ ਦੀ ਮਰਜ਼ੀ ਨਾਲ ਚਲੋ ਜੀ ਅੱਲਾ ਖੈਰ ਕਰੇ ਜੀ ਸਾਡੇ ਮੁਲਕ ਤੇ ਕੋਈ ਨੇਕ ਹੁਕਮਰਾਨ ਜਿਹੜੇ ਆ ਉਹ ਸਾਨੂੰ ਦਵੇ ਜਿਹੜੇ ਕੁਝ ਮੁਲਕ ਦੇ ਬਾਰੇ ਵੀ ਸੋਚਣ ਮੇਰੇ ਖਿਆਲ ਨਾਲ ਤੱਲੇ ਹੀ ਇਹ ਕੋ ਸਾਨੂੰ ਨੇਕ ਦੇ ਛੱਡੇ ਹਾਂਜੀ ਅੱਲਾ ਹੀ ਦੇ ਛੱਡੇ ਜੀ ਜਿਹੜੀ ਹਾਲਾਤ ਇਮਰਾਨ ਖਾਨ ਦੀ ਸਰ ਸਾਨੂੰ ਕਾਫੀ ਉਮੀਦ ਹੈ ਲੇਕਿਨ ਇਮਰਾਨ ਖਾਨ ਤੇ ਮਤਲਬ ਜਿਹੜੀ ਕੰਡੀਸ਼ਨ ਉਹ ਕਰ ਰਹੇ ਨੇ ਇਸ ਟਾਈਮ ਉਹਨਾਂ ਨੇ ਬਦਮਾਸ਼ ਬਣਾ ਦਿੱਤਾ ਪੁਲਿਸ ਨੂੰ ਸਹੀ ਸਟੈਬਲਿਸ਼ਮੈਂਟ ਉੱਤੇ ਕਰ ਰਹੀ ਹੈ ਇਮਰਾਨ ਖਾਨ ਦੇ ਉੱਤੇ ਹਕੂਮਤ ਕਰ ਰਹੇ ਨੇ ਇਮਰਾਨ ਖਾਨ ਉਹਨਾਂ ਦੇ ਹਾਲਾਤ ਇਮਰਾਨ ਖਾਨ ਨੂੰ ਇਸ ਤੱਕ ਲਿਆ ਰਹੇ ਨੇ ਵੀ ਮਤਲਬ ਪਾਕਿਸਤਾਨ ਦਾ ਮੁਲਕ ਹੀ ਨਹੀਂ ਹੈ ਇੰਜੀ ਜਿਵੇਂ ਕਸ਼ਮੀਰ ਬਣਿਆ ਖਲੋਤਾ ਤੇ ਸਰ ਅੱਗੇ ਇਮਰਾਨ ਖਾਨ 3 ਸਾਲ ਹਕੂਮਤ ਕੀਤੀ ਹੈ ਜਿਹੜੀ ਮੈਂ ਤੁਹਾਨੂੰ ਦੱਸਣਾ ਇਮਰਾਨ ਖਾਨ ਸਾਡੇ ਨਾਲ ਜਿੰਨਾ ਜ਼ਿਮੀਦਾਰਾਂ ਨਾਲ ਕੀਤਾ ਹੈ ਨਾ ਅੱਜ ਤੱਕ ਨਹੀਂ ਹੋਇਆ ਸਹੀ 800 ਤੋਂ 2200 ਰੁਪਏ ਵਿੱਚ ਉਸ ਕਣਕ ਇਮਰਾਨ ਖਾਨ ਨੇ 2200 ਰੁਪਿਆ ਰੇਟ ਹਾਂਜੀ ਔਰ ਇਮਰਾਨ ਖਾਨ ਜਿਹੜੀ ਚੀਜ਼ ਤੇ ਪਾਬੰਦੀ ਲੈਂਦਾ ਸੀ ਸਰ ਉੱਤੇ ਇਹ ਨੂਨ ਲੀਗ ਦੇ ਮਾਫੀਆ ਬੈਠੇ ਹੁੰਦੇ ਮਤਲਬ ਅੱਗੋਂ ਹਕੂਮਤ ਨੂਨ ਲੀਗ ਦੀ ਮਾਫੀਆ ਦੀ ਹੁੰਦੀ ਹੈ ਇਮਰਾਨ ਖਾਨ ਕੋ ਗੱਲ ਅਮਲ ਦਰਾਮਦ ਪੂਰਾ ਵੀ ਕਰਿਆ ਤੇ ਹੁੰਦਾ ਨਹੀਂ ਸੀ ਚਲੋ ਜੀ ਅੱਲਾ ਖੈਰ ਕਰੇ ਜੀ ਹੁਣ ਮਜ਼ੀਦ ਅੱਗੇ ਜਿਹੜੇ ਆਉਣ ਵਾਲੇ ਸਾਲ ਆ ਉਹ ਬਿਹਤਰੀ ਹੋਵੇ ਤੇ ਠੀਕ ਹੈ ਸਰ ਬਹੁਤ ਸ਼ੁਕਰੀਆ ਗੱਲਬਾਤ ਕਰਨ ਦਾ ਜੀ